ਅਸਲਾਮ ਅਲੈਕਮ ਤੁਸਾਂ ਆਪਣਾ ਦੋਸਤ ਇਮਰਾਨ ਡੀ ਜੀ ਇਸ ਵੇਲੇ ਜਨਾਬ ਮੈਂ ਮੁਗਲਾਬਾਦ ਜ਼ਿਆ ਇਲੈਕਟ੍ਰਿਕ ਸਟੋਰ ਤੇ ਮੌਜੂਦ ਹਾਂ ਤੇ ਮੇਰੇ ਨਾਲ ਜਨਾਬ ਮੁਬਸ਼ਰ ਸਾਹਿਬ ਮੌਜੂਦ ਨੋ ਤਾਂ ਇੱਥੇ ਹੈ ਕਿ ਜਨਾਬ ਬਹੁਤ ਹੀ ਨਵੀਂ ਚੀਜ਼ ਲੈ ਕੇ ਆਏ ਨੋ ਇਲਾਕੇ ਵਾਸਤੇ ਸਹੂਲਤ ਵੀ ਹੈ ਤੇ ਕਿਉਂਕਿ ਜਨਾਬ ਹਰ ਬੰਦੇ ਕੀ ਕਰੰਟ ਨਾ ਬਹੁਤ ਖਤਰਾ ਹੈ ਇਹ ਜਨਾਬ ਸਰਦੀਆਂ ਦਾ ਮੌਸਮ ਹੈ ਤੇ ਰਾਡ ਲੈ ਕੇ ਆਏ ਇਹ ਜਨਾਬ ਹੋਲ ਸੇਲ ਤੇ ਤੇ ਤੁਸੀਂ ਰਾਡ ਮਿਲਸਨ ਤਾਂ ਇਸ ਨਾਲ ਜਨਾਬ ਇਹ ਬਹੁਤ ਬੜਾ ਫਾਇਦਾ ਹੈ ਕਿ ਇਹ ਜਨਾਬ ਜਿਹੜਾ ਅਸਾਂ ਬਿਜਲੀ ਚਲਾਣਾ ਹੈ ਪਾਣੀ ਐ ਛੱਟਣਾ ਤੇ ਕਰੰਟ ਨਹੀਂ ਲੱਗਣ ਲੱਗਾ ਇਹ ਅਸਾਂ ਹੁਣ ਚੈੱਕ ਕਰਨੇ ਆ ਇਹ ਤਾਂ ਗਰੰਟੀ ਦੇਣ ਲੱਗੇ ਨੇ ਜਨਾਬ ਅਸਾਂ ਤੁਹਾਡੇ ਸਾਹਮਣੇ ਚੈੱਕ ਕਰਨੇ ਆ ਬਿਜਲੀ ਤੇ ਲਾਗ ਐ ਪਾਣੀ ਚ ਰਾਡ ਛੱਟ ਗਿਆ ਚੈੱਕ ਕਰਨੇ ਆ ਕਿ ਕਰੰਟ ਵਾਕੀ ਲੱਗਣਾ ਜਾਂ ਨਹੀਂ ਚੈੱਕ ਕਰਨੇ ਆ ਜੀ ਇਹ ਜਨਾਬ ਮੁਬਸ਼ਰ ਸਾਹਿਬ ਬਿਜਲੀ ਲਾਓ ਜੀ ਲਓ ਜੀ ਇਹ ਬਿਜਲੀ ਤੇ ਲੱਗ ਗਿਆ ਰਾਡ ਤੇ ਹੁਣ ਚੈੱਕ ਕਰਨੇ ਆ ਜਨਾਬ ਭਾਈ ਪਹਿਲਾਂ ਤਾਂ ਪਾਣੀ ਗਰਮ ਹੋਣਾ ਤਾਂ ਫਿਰ ਅਸਾਂ ਹੱਥ ਲਾ ਕੇ ਤੁਹਾਡੇ ਕੋਲ ਚੈੱਕ ਕਰਾਣੇ ਆ ਕਿ ਵਾਕੀ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਲਓ ਜੀ ਪਾਣੀ ਜਨਾਬ 1 ਮਿੰਟ ਕੇ ਤਕਰੀਬਨ 20 ਸੈਕਿੰਡ ਇਸ ਪਾਣੀ ਗਰਮ ਕਰ ਛੋੜਿਆ ਜਨਾਬ ਤਾਂ ਬਹੁਤ ਹੀ ਗਰਮ ਹੋਇਆ ਜਨਾਬ ਹੁਣ ਅਸਾਂ ਹੱਥ ਲਾ ਕੇ ਚੈੱਕ ਕਰਨੇ ਆ ਕਿ ਕਰੰਟ ਲੱਗਸੀ ਜਾਂ ਨਹੀਂ ਲੱਗਸੀ ਨਹੀਂ ਕਰੰਟ ਨਹੀਂ ਲੱਗ ਰਿਹਾ ਜਨਾਬ ਬਹੁਤ ਹੀ ਅੱਛੀ ਚੀਜ਼ ਹੈ ਕਰੰਟ ਵਗੈਰਾ ਤਾਂ ਕੋਈ ਨਹੀਂ ਲੱਗ ਰਿਹਾ ਪਾਣੀ ਦੇ ਅੰਦਰ ਰਾਡ ਵੀ ਅਸਾਂ ਰੱਖਿਆ ਤਾਂ ਬਹੁਤ ਹੀ ਅੱਛੀ ਚੀਜ਼ ਜਨਾਬ ਮੁਗਲਾ ਬਾਦੂ ਤੁਸੀ ਮਿਲਸੀ ਜ਼ਿਆ ਐਲੈਕਟ੍ਰਿਕ ਤੋਂ ਅਸਵਲ ਜਨਾਬ ਅਸੀਂ ਪਾਣੀਾਂ ਵਿੱਚ ਰਾਡ ਰੱਖੋ ਜੀ ਰਾਡ ਵੀ ਚੈੱਕ ਕਰ ਲਓ ਹੱਥ ਵੀ ਅਸਾਂ ਰੱਖਿਆ ਕੋਈ ਕਰੰਟ ਨਹੀਂ ਲੱਗ ਰਿਹਾ ਇਹ ਜਨਾਬ ਜ਼ਿਆ ਇਲੈਕਟ੍ਰਿਕ ਤੁਸੀਂ ਰਾਡ ਮਿਲ ਸੋਨ ਸਰਦੀਆਂ ਨੂੰ ਮੌਸਮ ਹੈ ਰਾਡ ਲੈ ਕੇ ਜਾਓ ਪਾਣੀ ਗਰਮ ਕਰੋ ਵੁਜ਼ੂ ਕਰੋ ਨਮਾਜ਼ ਪੜੋ